वक्त कढ़ना तां ना अपने लिए औखा हो जांदा है, किसी लिए कढ़ना बहुत औखा हुंदा। पहला तो मैं सल्यूट करदा हूँ सज्जणा नूं जिहड़े संगत लई वक्त कढ़ रहे आ। तो दूजी गल, जे तुसी अपने लिए ही वक्त कढ़ लो ना इस वीडियो दे विच, तां तुहानूं बड़ा कुछ सीखण नूं मिलेगा। तुसी खुद भी बड़े छोटे जिहे उपराले दे नाल अपने लिए अपने परिवार लई ये सारा कुछ कर सकोगे। आ जाओ जानिए विस्तार दे नाल। ਅਸੀਕਾਲ ਜੀ ਸਾਰਿਆਂ ਨੂੰ। ਅੱਜ ਨਾ ਇੱਥੋਂ ਮੈਂ ਲੰਘਿਆ ਜਾਂਦਾ ਸੀ, ਮੇਰਾ ਪਿੰਡ ਹੀ ਇਹ, ਤਾਂ ਮੈਂ ਦੇਖਿਆ ਵੀ ਨਿੱਕੇ ਨਿੱਕੇ ਜਵਾਕ ਕੁੰਡੇ ਡੰਡੇ 'ਚ ਘੋਟਣੇ ਲੈ ਕੇ ਨਾ ਲੱਗੇ ਪਏ ਸੀ ਘੋਟਣ। ਅਤੇ ਮੈਂ ਜਾ ਕੇ ਅੰਦਰ ਦੇਖਿਆ ਤਾਂ ਬਾਈ ਕੁਲਦੀਪ ਹੋਣੀ ਕਣਕ ਬੀਜੀ ਹੋਈ ਆ ਨਿੱਕੀ ਨਿੱਕੀ, ਅਤੇ ਪ੍ਰੋਸੈਸ ਚੱਲ ਰਿਹਾ ਵੀ ਕਹਿ ਲਓ ਕਿ ਕਣਕ ਦਾ ਰਸ ਕੱਢੀ ਜਾਂਦੇ ਸੀ। ਇਹਦਾ ਮੈਨੂੰ ਪਤਾ ਸੀ ਵੀ ਇਹ ਚੀਜ਼ ਵਰਤੀ ਜਾਂਦੀ ਹੈ ਕੈਂਸਰ ਦੇ ਲਈ, ਕੈਂਸਰ ਲਈ ਬਾਈ ਜੀ। ਅਤੇ ਪਹਿਲਾਂ ਨਾ ਥੋੜ੍ਹਾ ਧੰਨਵਾਦ ਤੁਸੀਂ ਸਾਨੂੰ ਇਹਦੇ ਬਾਰੇ ਜਾਣਕਾਰੀ ਦੇਣ ਲਈ ਇਕੱਠੇ ਹੋਏ, ਅਤੇ ਨਾਲ ਸਾਡੇ ਪਿੰਡ ਦੇ ਮੁੰਡੇ ਸਾਰੇ। ਤੇ ਇਹ ਬਾਈ ਕੀ ਚੱਕ ਸਾਰਾ ਇਹਦਾ, ਕੀ ਇਲਾਜ ਕਿਹੜੇ ਲਈ ਵਰਤਿਆ ਜਾਂਦਾ ਤੇ ਕੀ ਇਹਦਾ ਫਾਇਦਾ ਹੁੰਦਾ? ਸਹੀ ਗੱਲ ਦਾ ਫਾਇਦਾ ਹੁੰਦਾ ਇਹ ਵੀ ਦੱਸ ਦਿਓ ਮਾੜਾ ਜਿਹਾ। ਹਾਂ, ਧੰਨਵਾਦ ਸਰ ਭੇਜ ਤੁਹਾਡਾ ਕਿ ਤੁਸੀਂ ਮਤਲਬ ਸਮਾਂ ਕੱਢ ਕੇ ਸਾਡੇ ਕੋਲ ਖੜੇ। ਤੁਸੀਂ ਦੇਖਿਆ ਕਿ ਅੱਜ ਸਾਡਾ ਪਹਿਲਾ ਦਿਨ ਹੈਗਾ ਜੀ, ਤੇ ਕੁਝ ਲੋਕ ਪਹਿਲਾਂ ਅੱਜ ਚਲੇ ਗਏ, ਕੁਝ ਲੋਕਾਂ ਨੇ ਅਜੇ ਆਉਣਾ ਵਾ ਜੀ। ਕਹਿ ਲਓ ਕਿ ਅੱਜ ਉਦਘਾਟਨ ਸੀਗਾ। ਅੱਛਾ, ਤੇ ਕੁਝ ਕੰਮਾਂ ਦੀ ਰੁੱਤਾਂ ਝੋਨੇ ਚੱਲਦੀ ਕਰਕੇ ਲੋਕਾਂ ਤੋਂ ਜ਼ਿਆਦਾ ਆਇਆ ਜੀ ਜੀ। ਤੇ ਜਿਹੜਾ ਅਸੀਂ ਇਹ ਚੀਜ਼ ਕਰ ਰਹੇ ਹੈਗੇ ਹਾਂ, ਅਸਲ ਵਿੱਚ ਜ਼ਿਆਦਾ ਨਾਮ ਇਹਦਾ ਵੀਟ ਗਰਾਸ ਦੇ ਤੌਰ ਤੇ ਮਸ਼ਹੂਰ ਆ। ਵੀਟ ਗਰਾਸ, ਵੀਟ ਗਰਾਸ, ਪਰ ਬਹੁਤ ਲੋਕਾਂ ਨੂੰ ਇਹ ਨਹੀਂ ਪਤਾ ਵੀ ਵੀਟ ਗਰਾਸ ਕਿਹਨੂੰ ਕਹਿੰਦੇ ਆ। ਵੀਟ ਅੰਗਰੇਜ਼ੀ ਵਿੱਚ ਕਣਕ ਨੂੰ ਕਹਿੰਦੇ ਹੈਗੇ ਆ, ਤੇ ਜੂਤ ਨੂੰ ਰਸ ਕਹਿੰਦੇ ਹੈਗੇ ਆ, ਵੀਟ ਗਰਾਸ ਦਾ ਜੂਤ। ਤੇ ਜ਼ਿਆਦਾਤਰ ਇਹ ਜਿਵੇਂ ਦੇ ਕੈਂਸਰ ਦੇ ਤੌਰ 'ਤੇ ਮਸ਼ਹੂਰ ਮਤਲਬ ਲੋਕਾਂ ਨੇ ਪੀਤਾ ਹੈ, ਕਿਉਂਕਿ ਪੀ ਜੀ ਆਈ ਦੇ ਵਿੱਚ ਵੀ ਜਦੋਂ ਮਤਲਬ ਕੈਂਸਰ ਵਾਲਾ ਮਰੀਜ਼ ਉੱਥੇ ਜਾਂਦਾ ਤਾਂ ਉਹਨੂੰ ਇਹ ਵੀਟ ਗਰਾਸ ਪੀਣ ਨੂੰ ਮਤਲਬ ਦੱਸਿਆ ਜਾਂਦਾ। ਪੀ ਜੀ ਆਈ ਦੇ ਵਿੱਚ ਉਹ ਬਕਾਇਦਾ ਸਟਾਲ ਲੱਗਿਆ ਹੋਇਆ ਮਤਲਬ ਹੈ ਸੇਵਾਦਾਰਾਂ ਦਾ, ਪਰ ਉੱਥੇ ਮਨਜ਼ੂਰੀ ਦਿੱਤੀ ਵੀ ਤੁਸੀਂ ਵੀਟ ਗਰਾਸ ਲੋਕਾਂ ਨੂੰ ਪਿਆ। ਮਤਲਬ ਵੀ ਕੁੱਲ ਮਿਲਾ ਕੇ ਗੱਲ ਇੱਥੇ ਆਏਗੀ ਵੀ ਇਹ ਜਿਹੜਾ ਕੰਮ ਕਰਦੇ ਹਾਂ ਆਪਾਂ, ਹਾਂਜੀ, ਇਹ ਮਾਨਤਾ ਪ੍ਰਾਪਤ, ਮਾਨਤਾ ਪ੍ਰਾਪਤ, ਬਿਲਕੁਲ, ਮਤਲਬ ਸਰੀਰ ਨੂੰ ਫਾਇਦਾ ਹੁੰਦਾ। ਪਰ ਇਸ ਨੂੰ ਕੈਪਟਨ ਸਾਹਿਬ ਨੇ ਵੀ ਪਿਛਲੇ ਜਦੋਂ ਗੁਰੂ ਨਾਨਕ ਦੇਵ ਜੀ 5.5 ਸਾਲਾਂ ਮਨਾਇਆ ਗਿਆ ਉਦੋਂ ਦੱਸਿਆ ਵੀ ਤੁਸੀਂ ਗਮਲਿਆਂ ਦੇ ਵਿੱਚ ਬਿਨਾਂ ਰੇਸ ਵਾਲੀ ਕਣਕ ਨੂੰ ਉਗਾਓ, 10-12 ਦਿਨਾਂ ਬਾਅਦ ਜਦੋਂ ਐਕਸੀਡੈਂਟ ਦੀ ਕਣਕ ਹੋ ਜਾਂਦੀ ਆ ਉਸਨੂੰ ਕੁੱਟ ਕੇ ਤੁਸੀਂ ਪੀਓ, ਅਤੇ ਜਿਹੜੀਆਂ ਜਿੰਨੀਆਂ ਸਰੀਰ ਦੀਆਂ ਬਿਮਾਰੀਆਂ ਹੈਗੀਆਂ ਸਾਰੀਆਂ ਠੀਕ ਕਰ ਸਕਦੇ ਹੋ। ਕਿਉਂਕਿ ਕੈਪਟਨ ਸਾਹਿਬ ਨੂੰ ਪਤਾ ਕਿ ਹਸਪਤਾਲ ਭਰੇ ਪਏ ਹੈਗੇ ਆ, ਲੋਕਾਂ ਦਾ ਪ੍ਰੋਪਰ ਇਲਾਜ ਵੀ ਹੋ ਰਿਹਾ, ਅਤੇ ਵੀਟ ਗਲਾਸ ਦੁਆਰਾ ਲੋਕ ਲੱਖਾਂ ਲੋਕ ਠੀਕ ਹੋ ਚੁੱਕੇ ਆ, ਅਤੇ ਲੋਕਾਂ ਨੂੰ ਮਤਲਬ ਘਰ ਘਰ ਠੀਕ ਹੋਣ ਦਾ ਉਹਨਾਂ ਨੇ ਸੁਨੇਹਾ ਵੀ ਦਿੱਤਾ ਸੀ। ਆਹ ਹੁਣ ਜਿਹੜੀ ਸੇਵਾ ਚੱਲਦੀ, ਫ੍ਰੀ ਸੇਵਾ ਚੱਲਦੀ ਹੈ? ਇਹ ਬਿਲਕੁਲ ਫ੍ਰੀ ਸੇਵਾ ਜੀ, ਪਰ ਇਹ ਚੱਲਦਾ ਸੰਗਤ ਦੇ ਸਹਿਯੋਗ ਨਾਲ। ਬਿਲਕੁਲ, ਕਣਕ ਲਿਆਉਣੀ ਕਰਨੀ ਹੈ ਨਾ, ਕਿਉਂਕਿ ਦਾਨੀ ਲੋਕ ਸਾਨੂੰ ਸਹਿਯੋਗ ਦਿੰਦੇ ਹੋ, ਜਿਹੜੇ ਜਿਹਨਾਂ ਦੇ ਮਨ ਦੇ ਵਿੱਚ ਕੁਛ ਨਾ ਕੁਛ ਪਿੰਡ ਵਿੱਚ ਵਧੀਆ ਕੰਮ ਹੋਵੇ ਉਹਨਾਂ ਨੂੰ ਲੱਗਦਾ ਕਿ ਤੁਸੀਂ ਵਧੀਆ ਸੇਵਾਵਾਂ ਕਰਦੇ ਹੈਗੇ ਹਾਂ। ਅਸੀਂ ਤੁਹਾਨੂੰ ਪਤਾ ਕਿ ਪਿਛਲੀ ਵਾਰ ਤੁਸੀਂ ਸਾਡੀ ਵੀਡੀਓ ਬਣਾਈ ਸਕੂਲ ਦੇ ਵਿੱਚ ਹਰਬਲ ਗਾਰਡਨ ਬਣਾਇਆ, ਅਸੀਂ ਲੋਕਾਂ ਨੂੰ ਮੁਫਤ ਬੂਟੇ ਵੀ ਦਿੰਦੇ ਹੈਗੇ ਹਾਂ, ਹੁਣ ਵੀ ਸਾਡੇ ਕੋਲ 4-5 ਬੂਟਾ ਪਿਆ ਜੀ। ਅਤੇ ਇਸ ਤਰ੍ਹਾਂ ਕਰਕੇ ਜਿਹੜਾ ਹੁਣ ਮੇਨ ਗੱਲ ਇਹ ਹੈ ਕਿ ਜਿਹੜੇ ਤੁਸੀਂ ਅੱਜ ਦੀ ਵੀਡੀਓ ਬਣਾ ਰਹੇ ਹੈਗੇ ਵੀਟ ਗਰਾਸ ਆ, ਜਿਹੜਾ ਕਣਕ ਦਾ ਰਸ ਆ, ਇਹ ਆਪਣਾ ਜ਼ੁਕਾਮ ਤੋਂ ਲੈ ਕੇ ਕੈਂਸਰ ਤੱਕ ਦੇ ਸਾਰੀਆਂ ਬਿਮਾਰੀਆਂ ਨੂੰ ਠੀਕ ਕਰ ਸਕਦਾ। ਪਰ ਇਹ ਗੱਲ ਹੈ ਕਿ ਇਹਨੂੰ ਲਗਾਤਾਰ ਪੀਣਾ ਪਊ। ਕਿੰਨਾ ਚਿਰ ਮਤਲਬ ਪੀਣਾ ਚਾਹੀਦਾ? ਓਕੇ, ਲਾਈਫ ਟਾਈਮ ਵੀ ਪੀ ਸਕਦਾ? ਇਹਨੂੰ ਲਾਈਫ ਟਾਈਮ ਪੀ ਸਕਦੇ ਹੈਗੇ ਆ, ਪਰ ਇਹ 4 ਕੁ ਮਹੀਨੇ ਹੁੰਦਾ ਨਹੀਂ ਹੈਗਾ, ਅਤੇ ਉਹਦੇ ਨਾਲ ਆਪਣੇ ਰੈਸਟ ਵੀ ਮਿਲ ਜਾਂਦੇ। ਤੁਸੀਂ ਸਿਆਲੋ ਸਿਆਲੇ ਨੂੰ ਜਿਵੇਂ ਅਕਤੂਬਰ 'ਚ ਸ਼ੁਰੂ ਕਰ ਲਿਆ, ਨਵੰਬਰ 'ਚ ਸ਼ੁਰੂ ਕਰ ਲਓ, ਅਪ੍ਰੈਲ ਤੱਕ ਤੁਸੀਂ ਇਹਨੂੰ ਆਰਾਮ ਨਾਲ ਪੀ ਸਕਦੇ ਹੋ। ਕਣਕ ਦੀ ਰੁੱਤ 'ਚ ਇਹ ਹੁੰਦਾ, ਕਣਕ ਦੀ ਰੁੱਤ 'ਚ ਹੁੰਦਾ ਹੈਗਾ, ਅਤੇ ਇਹਨੂੰ ਤੁਸੀਂ ਮਤਲਬ ਇਹਨੂੰ ਵਧੀਆ ਫੂਡ ਸਪਲੀਮੈਂਟ ਵੀ ਕਹਿ ਸਕਦੇ, ਪੂਰਨ ਆਹਾਰ ਆ, ਮਤਲਬ ਇਹਨੂੰ ਇਹ ਨਹੀਂ ਕਿਹਾ ਜਾ ਸਕਦਾ ਕਿ ਇਕੱਲੀ ਇੱਕ ਦਵਾਈ ਆ, ਦਵਾਈ ਨਹੀਂ ਇਹਨੂੰ ਕਿਹਾ ਜਾ ਸਕਦਾ। ਅਤੇ ਸਰੀਰ ਦੇ ਜੋ ਆਪਣੇ ਮਤਲਬ ਵਿਸ਼ੀਲੇ ਤੱਤ ਹੁੰਦੇ ਆ ਉਹਨਾਂ ਨੂੰ ਬਾਹਰ ਕਰਦਾ, ਇਹਦੇ ਵਿੱਚ ਐਂਟੀਆਕਸੀਡੈਂਟ ਹੈਗੇ ਆ, ਕਲੋਰੋਫਿਲ ਆ ਜੋ ਆਪਣੇ ਸਰੀਰ ਦੇ ਲਈ ਚਾਹੀਦੀ ਹੈਗੀ ਆ, ਇਹਦੇ ਵਿੱਚ ਪ੍ਰੋਟੀਨ ਮਤਲਬ ਬਹੁਤ ਜ਼ਿਆਦਾ ਮਤਲਬ ਪਾਈ ਜਾਂਦੀ ਹੈਗੀ ਆ, ਕੈਲਸ਼ੀਅਮ ਆ, ਵਿਟਾਮਿਨ ਹੈਗੇ ਆ, ਮਤਲਬ ਕਹਿੰਦਾ ਬਾਅਦ ਜਿਹੜੀ ਚੀਜ਼ ਸਰੀਰ ਨੂੰ ਲੋੜ ਆ ਉਹ ਇਹਦੇ ਵਿੱਚ ਪਾਈ ਜਾਂਦੀ ਆ। ਮਤਲਬ ਵੀ ਹੁਣ ਇਹ ਕੰਮ ਚੱਲੀ ਜਾਂਦਾ ਵੀ ਜੇ ਕਿਸੇ ਨੇ ਪੀਣਾ ਆਉਣਾ ਵੀ ਇੱਥੇ ਆ ਕੇ ਪੀ ਸਕਦਾ, ਬਿਲਕੁਲ ਪੀ ਸਕਦੇ। ਦੌਦਰ ਦੇ ਵਿੱਚ ਆ ਵੀ ਜ਼ਿਲ੍ਹੇ ਮੋਗੇ ਦੇ ਵਿੱਚ ਅਸੀਂ ਇਸ ਵਕਤ ਖੜੇ, ਤੇ ਜੇ ਕੋਈ ਹੁਣ ਬੰਦਾ ਰੋਜ਼ ਆ ਨਹੀਂ ਸਕਦਾ ਤੇ ਉਹ ਕੀ ਕਰੇ? ਬੋਤਲ ਭਰਾ ਕੇ ਲੈ ਜੇ ਜਾਂ ਕੀ ਕਰੇ? ਨਹੀਂ, ਬੋਤਲ ਭਰਾ ਕੇ ਨਹੀਂ, ਇਹ ਵੈਸੇ ਇਹਨੂੰ ਜਦੋਂ ਉਹਨੂੰ ਤਿਆਰ ਕਰ ਲਿਆ ਜ਼ਿਆਦਾ ਤੋਂ ਜ਼ਿਆਦਾ 2 ਕੁ ਘੰਟੇ ਤਾਂਬੇ ਦੇ ਭਾਂਡੇ ਵਿੱਚ ਰੱਖ ਕੇ ਵੀ ਅਸੀਂ ਰਹਿ ਸਕਦਾ ਹੈਗਾ ਜੀ। ਪਰ ਸਾਡਾ ਮੇਨ ਮਕਸਦ ਅਸੀਂ ਅਵੇਅਰਨੈਸ ਕੈਂਪ ਵੀ ਕਰਦੇ ਹਾਂ, ਅਸੀਂ ਸ਼ਿਮਲੇ ਤੱਕ ਕੈਂਪ ਕਰਕੇ ਹੈਗੇ ਹਾਂ ਤਕਰੀਬਨ, ਅਸੀਂ ਸਾਡੇ ਫਲੈਕਸੀ 'ਤੇ ਲਿਖਿਆ ਹੈਗਾ ਅਸੀਂ ਗੁਰੂ ਨਾਨਕ ਪਾਤਸ਼ਾਹ ਸਮਾਰਕ ਪਰ 550 ਅਵੇਅਰਨੈਸ ਕੈਂਪ ਕਰਦੇ ਹਾਂ, ਜਗ੍ਹਾ ਜਗ੍ਹਾ ਜਾ ਕੇ ਲੋਕਾਂ ਨੂੰ ਦੱਸਣਾ ਵਾ ਕਿ ਤੁਸੀਂ ਇੱਕ ਵਧੀਆ ਕਿਸਮ ਦੀ ਕਣਕ ਲਓ ਜਿਹੜੀ ਜਿਹਦੇ ਕੋਈ ਰੇਹ ਸਪਰੇ ਨਾ ਪਾਈ ਹੋਵੇ, ਇੱਕ ਉਹ ਮਿੱਟੀ ਲਓ ਜਿਹਦੇ ਮਤਲਬ ਕੈਮੀਕਲ ਨਾ ਪਾਇਆ, ਯੂਰੀਆ ਨਾ ਪਾਇਆ ਹੋਵੇ ਜੀ, ਅਤੇ ਕਣਕ ਨੂੰ ਤੁਸੀਂ ਉਹਦੇ 'ਤੇ ਉਗਾਓ, ਉਗਾ ਕੇ ਘਰ ਤੁਸੀਂ ਉਹਨੂੰ ਮਤਲਬ ਤਿਆਰ ਕਰਕੇ ਪੀ ਸਕਦੇ ਹਾਂ। ਜਿਨ੍ਹਾਂ ਕੋਲ ਇੰਨੀ ਖਿੱਚ ਨਹੀਂ ਹੁੰਦੀ ਹੈਗੀ ਉਹਨਾਂ ਲਈ ਮਤਲਬ ਕਈ ਜਗ੍ਹਾ 'ਤੇ ਮਤਲਬ ਇਹ ਸੇਵਾਵਾਂ ਚੱਲਦੀਆਂ, ਆਪਣੇ ਪਿੰਡ ਵੀ 2-3 ਜਗ੍ਹਾ ਦੇ ਮਤਲਬ ਸ਼ੁਰੂ ਹੋ। ਤੁਹਾਡਾ ਨੰਬਰ ਦੇ ਦਈਏ? ਹਾਂਜੀ, ਬਿਲਕੁਲ ਦੇ ਸਕਦੇ ਜੀ। ਤੁਸੀਂ ਨਾ ਬਾਈ ਜੀ ਉਹਨਾਂ ਨੂੰ ਵਿਧੀ ਵੀ ਪੁੱਛ ਸਕਦੇ ਹੋ, ਕੱਲੋ ਕਿ ਖੁਦ ਡਾਕਟਰ ਬਣਾਉਂਦੇ ਹੋ ਤੁਸੀਂ, ਦੇਸੀ ਡਾਕਟਰ ਕਹਿ ਸਕਦੇ ਪਿੰਡਾਂ ਵਾਲੇ ਹਿਸਾਬ ਨਾਲ,
ਉਹ ਤੁਸੀਂ ਬਣਾ ਦਿੰਦੇ ਹੋ ਤੇ ਲਾਈਵ ਯਕੀਨਨ ਫਾਇਦਾ ਹੋਊਗਾ ਕਿ ਸਾਰੀ ਹਰੇ ਜੀ ਮਿੱਟੀ ਆ ਫਾਇਦਾ ਹੋਣੀ ਹੋਣਾ ਸਹੀ ਹੈ ਨਾ ਕਿੰਨੇ ਦਿਨਾਂ ਦੀ ਕਣਕ ਹੋਵੇ ਮਤਲਬ ਕਿੰਨੀ ਮੀ ਜਿਹੜੇ ਹੁਣ ਬੂਟੇ ਦੇਖ ਰਹੇ ਆਪਾਂ ਇਹ ਕਿੰਨੇ ਚਿਰ ਦਾ ਵਾ ਕਿੰਨੇ ਦਿਨਾਂ ਤੋਂ 15 ਦਿਨਾਂ ਦੇ ਵਿੱਚ ਵਾਰ ਸਕਦੇ ਹੈਗੇ ਆਪਾਂ ਜਿੰਨਾ ਚਿਰ ਪੂਰੀ ਮਤਲਬ ਇਹਦੇ ਵਿੱਚ ਹਰਾਪਨ ਹੈਗਾ ਵਾ ਤਾਜ਼ਗੀ ਹੈਗੀ ਆ 15 16 ਦਿਨ ਤੱਕ ਵੀ ਆਪਾਂ ਨੂੰ ਚਲਾ ਸਕਦੇ ਜ਼ਿਆਦਾ ਜਦੋਂ ਵੱਡੀ ਪੀਲੀ ਪੈ ਜਾਂਦੀ ਆ ਪੱਕੀ ਹੋਣੀ ਫਿਰ ਫਿਰ ਸਮਝਦਾ ਹਰੀ ਜਦੋਂ ਪੂਰਾ ਸ਼ਾਹ ਹਰੀ ਉਦੋਂ ਵੀ ਚਲੋ ਇਹਦੇ ਚ ਤਾਜ਼ਗੀ ਜਿੰਨਾ ਚਿਰ ਲੱਗਦੀ ਹੈਗੀ ਆ ਜੀ ਇਹ ਆਪਣੇ ਆਪ ਨੂੰ ਪਤਾ ਆਪਾਂ ਨੂੰ ਆਪਣੇ ਆਪ ਪਤਾ ਲੱਗਣ ਲੱਗ ਜਾਂਦਾ ਵੀ ਹੁਣ ਪੱਕਣੀ ਸ਼ੁਰੂ ਹੋ ਗਈ ਤੇ ਇੱਕ ਮੈਨੂੰ ਇਹ ਦੱਸੋ ਵੀ ਉਹ ਤਾਂ ਹੈਗਾ ਜਿਹੜਾ ਕੁੰਡਾ ਹੈਗਾ ਉਹ ਤਾਂ ਹੈਗਾ ਆਪਣਾ ਪੱਥਰ ਦਾ ਹਾਂਜੀ ਜਿਹੜਾ ਘੋਟਣਾ ਇਹਦਾ ਵੀ ਕੋਈ ਹੈਗਾ ਹਾਂਜੀ ਬਿਲਕੁਲ ਇਹ ਨਿੰਮ ਦਾ ਘੋਟਣਾ ਵਾ ਤੇ ਆਪਣੇ ਜਿਹੜੇ ਪੁਰਾਤਨ ਲੋਕ ਆ ਇਹ ਵੀ ਚੰਗੀ ਸਮਾਂ ਪਹਿਲਾਂ ਹੀ ਆਪਣੇ ਘਰਾਂ 'ਚ ਇਹ ਥੋੜੇ ਗੈਪ ਤਾਂ ਹਜੇ ਨਹੀਂ ਹੋਏ ਪਰ ਵਰਤ ਨੇ ਲੋਕਾਂ ਨੇ ਛੱਡ ਦਿੱਤੇ ਮਿਕਸੀਆਂ ਆ ਗਈਆਂ ਇਹਦਾ ਜਦੋਂ ਰਗੜ ਕੇ ਇਹਦਾ ਰਸ ਮਤਲਬ ਵਿੱਚ ਘੁਲਦਾ ਹੈਗਾ ਜੀ ਉਹ ਕਈ ਗੁਣਾ ਇਹਦੀ ਮਤਲਬ ਤਾਕਤ ਵਧਾ ਦਿੰਦਾ ਲੋਕ ਆਮ ਤੌਰ 'ਤੇ ਮਿਕਸੀ ਗ੍ਰੈਂਡਰ ਦੇ ਵਿੱਚ ਕਰਦੇ ਆ ਉਹਦੇ ਉਹ ਤੱਤ ਨਸ਼ਟ ਹੋ ਜਾਂਦੇ ਸਪੀਡ ਨਾਲ ਹਨਾ ਜਦੋਂ ਇਹਦੇ ਵਿੱਚ ਕੁੰਡੇ ਦੇ ਵਿੱਚ ਕੁੱਟਿਆ ਜਾਂਦਾ ਹੈਗਾ ਜਿਸ ਤਰ੍ਹਾਂ ਕਿ ਪਾਣੀ ਤੋਂ ਬਿਜਲੀ ਪੈਦਾ ਹੁੰਦੀ ਹੈ ਉਸ ਤਰ੍ਹਾਂ ਇਹਦੇ ਵਿੱਚ ਮਤਲਬ ਕੁਦਰਤੀ ਮਤਲਬ ਇਹਦੇ ਵਿੱਚ ਤਾਕਤ ਸਲੋ ਪ੍ਰੋਸੈਸ ਆ ਨਾ ਉਹਨੂੰ ਹੌਲੀ ਹੌਲੀ ਚੱਲੀ ਜਾਣਾ ਬਾਕੀ ਨਿੰਮ ਆਪ ਦੇ ਆਪ 'ਚ ਗੁਣਕਾਰੀ ਬਹੁਤ ਵੱਡੀ ਹੈ ਨਾ ਬਿਲਕੁਲ ਅਸੀਂ ਤਾਂ ਲੋਕਾਂ ਨੂੰ ਕੁੰਡੇ ਘੋੜਨੇ ਵਾਲਾ ਦੱਸਦੇ ਹਾਂ ਸਾਡਾ ਤਾਂ ਖਾਸ ਅਸੀਂ ਸਾਡਾ ਜਿਹੜਾ ਮੇਨ ਮਕਸਦ ਹੈਗਾ ਲੋਕਾਂ ਨੂੰ ਘਰ ਘਰ ਇਹਦੇ ਨਾਲ ਜੋੜਨਾ ਤੁਸੀਂ ਆਪਣੇ ਇਸ ਚੀਜ਼ ਨਾਲ ਜੁੜੋ ਆਪਦੇ ਵੈਦ ਆਪਣੇ ਆਪ ਤੁਸੀਂ ਇਹਦੇ ਡਾਕਟਰ ਬਣ ਸਕਦੇ ਹਾਂ ਆਪਣੇ ਸਰੀਰ ਦਾ ਇਲਾਜ ਕਰ ਸਕਦੇ ਤੁਹਾਡਾ ਚਲੋ ਹੁਣ ਕੰਮ ਹੋ ਗਿਆ ਤੁਹਾਨੂੰ ਚਲੇ ਬਣਾਉਣੀਆਂ ਪੈ ਗਈਆਂ ਹਨਾ ਮਤਲਬ ਯਾਰ ਘਰਾਂ ਦੇ ਵਿੱਚ ਵੀ ਤੁਸੀਂ ਬਰਤਨ ਪਾਇਆ ਵਾਧੂ ਬਿਲਕੁਲ ਉਹਦੇ ਵਿੱਚ ਕਰ ਲਓ ਲੋਕੀ ਗਮਲਿਆਂ 'ਚ ਕਰਦੇ ਆ ਥਾਲ 'ਚ ਕਰ ਲੈਂਦੇ ਹੈਗੇ ਆ ਜਿਹੜੀ ਵੀ ਚੀਜ਼ ਮਤਲਬ ਤੁਹਾਨੂੰ ਲੱਗਦਾ ਹੈਗਾ ਉਹਦੇ ਵਿੱਚ ਤੁਸੀਂ ਕਰ ਇਹਨੂੰ ਬਿਮਾਰੀ ਨਹੀਂ ਕੋਈ ਪੈਂਦੀ ਕਿਉਂਕਿ ਰੇਹ ਸਪਰੇਅ ਨਹੀਂ ਕੋਈ ਹੁੰਦੀ ਜਾਂ ਬਿਲਕੁਲ ਨਹੀਂ ਹੁਣ ਤੁਹਾਡੇ ਸਾਹਮਣੇ ਆ ਇਹਨੂੰ ਕੋਈ ਵੀ ਕੋਈ ਮਤਲਬ ਇਸ ਤਰ੍ਹਾਂ ਦਾ ਨਹੀਂ ਹੈਗਾ ਲੱਗਦਾ ਵੀ ਆਪਾਂ ਨੂੰ ਮਤਲਬ ਇਹਦੇ ਵਿੱਚ ਕੋਈ ਪਾਉਣਾ ਚਾਹੀਦਾ ਸੀਗਾ ਜਿਹਦੇ ਨਾਲ ਵਧੀਆ ਹੁੰਦੀ ਇਹਦੇ ਵਿੱਚ 100% ਮਤਲਬ ਇਹਦੇ ਵਿੱਚ ਗੁਣ ਪਾਏ ਜਾਂਦੇ ਹੈਗੇ ਆ ਜੀ ਮਤਲਬ ਜੇ ਲੋਕਾਂ ਨੇ ਆਉਣ ਸਮੇਂ 'ਚ ਬਚਣਾ ਵਾ ਇਹਦੇ ਨਾਲ ਜੁੜਨਾ ਹੀ ਪੈਣਾ ਹੈਗਾ ਅੱਜ ਜੁੜ ਦਿਓ ਕੱਲ੍ਹ ਜੁੜ ਦਿਓ ਕੁਦਰਤ ਦੇ ਵੱਲ ਯਾਰ ਵਾਪਸੀ ਕੁੱਲ ਮਿਲਾ ਕੇ ਕਰਨੀ ਪੈਣੀ ਆ ਸਾਨੂੰ ਜਿੰਨੇ ਵੀ ਆਪਾਂ ਆਰਟੀਫਿਸ਼ਲ ਚੀਜ਼ਾਂ ਵਰਤਦੇ ਹਾਂ ਇਹ ਛੱਡਣੀਆਂ ਪੈਣੀਆਂ ਅਤੇ ਕੁਦਰਤ ਦੇ ਨਾਲ ਭਾਵੇਂ ਸਾਨੂੰ ਉਹੀ ਕਦੇ ਨਿੰਮ ਦੀਆਂ ਗਟੋਲੀਆਂ ਫਿਰ ਖਾਣੀਆਂ ਪੈਣੀਆਂ ਜੋ ਨਿੱਕੇ ਹੁੰਦੇ ਖਾਂਦੇ ਸੀ ਅਤੇ ਜੋ ਸਾਦਗੀ ਆ ਉਹ ਚੀਜ਼ਾਂ ਕਰਨੀਆਂ ਪੈਣੀਆਂ ਜੇ ਬਚਣਾ ਤਾਂ ਅਤੇ ਨਹੀਂ ਤਾਂ ਫਿਰ ਹਾਲਾਤ ਤੁਹਾਡੇ ਸਾਹਮਣੇ ਹੀ ਆ ਮੇਰੇ ਨਾਲ ਵੱਧ ਤੁਸੀਂ ਜਾਣਦੇ ਹੋ ਅਤੇ ਬਾਈ ਜੀ ਤੁਹਾਡਾ ਧੰਨਵਾਦ ਅਤੇ ਤੁਸੀਂ ਸਾਨੂੰ ਸਮਾਂ ਦਿੱਤਾ ਅਤੇ ਤੁਹਾਡਾ ਵੀਰਾਂ ਦਾ ਤੁਹਾਡੇ ਵੀ ਧੰਨਵਾਦ ਹੈ ਨਾ ਹਨਾ ਅਤੇ ਵਧੀਆ ਗੱਲ ਲੱਗਿਆ ਬਾਈ ਤੁਹਾਨੂੰ ਮਿਲ ਕੇ ਸਮੇਂ ਸਮੇਂ ਤੁਹਾਨੂੰ ਮਿਲਦੇ ਰਹਾਂਗੇ ਅਤੇ ਹੋਰ ਬਾਈ ਇੱਕ ਮੈਨੂੰ ਹੋਰ ਦੱਸ ਦਿਓ ਮਾੜੀ ਜੀ ਗੱਲ ਵੀ ਘਰ ਦੇ ਵਿੱਚ ਅਗਰ ਬੂਟਾ ਲਾਉਣਾ ਹੋਵੇ ਕਿਹੜਾ ਲਾਇਆ ਜਾਵੇ ਤੁਹਾਨੂੰ ਲੱਗਦਾ ਵੀ ਗੁਣਕਾਰੀ ਹੋਵੇ ਜਿਹੜਾ ਬੰਦਾ ਆਮ ਵੀ ਵਰਤ ਲਵੇ ਦੇਖੋ ਜੀ ਅਸੀਂ ਤਾਂ ਲੋਕਾਂ ਜ਼ਿਆਦਾਤਰ ਇੱਕ ਤਾਂ ਸੁਹਾਜਣਾ ਦਾ ਪਹਿਲੇ ਨੰਬਰ 'ਤੇ ਦੱਸਦੇ ਹਾਂ ਕਿਉਂਕਿ ਸੁਹਾਜਣਾ ਬਹੁਤ ਜਲਦੀ ਹੋ ਜਾਂਦਾ ਹੈਗਾ ਜੀ ਸੁਹਾਜਣਾ ਤੋਂ ਤੁਸੀਂ ਉਹਦੇ ਪੱਤਿਆਂ ਦੀ ਸਬਜ਼ੀ ਸਾਗ ਅਚਾਰ ਆਪਣੀ ਫਲੀਆਂ ਦਾ ਅਚਾਰ ਅਤੇ ਇਹਦਾ ਜੂਸ ਵੀ ਬਣਾ ਸਕਦੇ ਹਾਂ ਦੂਜੇ ਨੰਬਰ 'ਤੇ ਅਸੀਂ ਨਿੰਮ ਦਾ ਦੱਸਦੇ ਹਾਂ ਨਿੰਮ ਐਂਟੀਵਾਇਰਸ ਆ ਜੀ ਕਿ ਜਿਹੜੇ ਘਰ ਨਿੰਮ ਲੱਗੀ ਹੋਈ ਆ ਜਿਹੜਾ ਵਾਇਰਸ ਅਟੈਕ ਆ ਛੇਤੀ ਕਿਤੇ ਨਹੀਂ ਅਤੇ ਹੋਰ ਬਿਮਾਰੀਆਂ ਵੀ ਬਹੁਤ ਘੱਟ ਜਿਹੜਾ ਵੀਟ ਗਰਾਸ ਦਾ ਵਾ ਇਹ ਅਸੀਂ ਕੁਲਵੰਤ ਸਿੰਘ ਧਾਲੀਵਾਲ ਸਭ ਤੋਂ ਪ੍ਰੇਰਿਤ ਹੋ ਕੇ ਇਸ ਪਾਸੇ ਨੂੰ ਆਏ ਕਿਉਂਕਿ ਉਹ ਖੁਦ ਜਿਹੜੇ ਕੁਲਵੰਤ ਸਿੰਘ ਧਾਲੀਵਾਲ ਖੁਦ ਵੀਟ ਗਰਾਸ ਪੀਂਦੇ ਆ ਉਹਨਾਂ ਦੇ ਹਸਪਤਾਲ ਦੇ ਵਿੱਚ ਉਹਨਾਂ ਦੇ ਪ੍ਰੋਜੈਕਟ ਲੱਗੇ ਹੋਏ ਆ ਅਤੇ ਉਹਨਾਂ ਦੇ ਕੈਂਪਾਂ ਵਿੱਚ ਅਸੀਂ ਜਾ ਕੇ ਲੋਕ ਤੰਦਰੁਸਤ ਬੰਦਾ ਪੀ ਸਕਦਾ ਜਿਹਨੂੰ ਬਿਮਾਰੀ ਨਹੀਂ ਉਹਦੀ ਸਟਾਰਟ ਕਰ ਦਿਓ ਠੀਕ ਆ ਉਹ ਬਿਮਾਰ ਨੇ ਤਾਂ ਪੀਣਾ ਹੀ ਪੀਣਾ ਹੈਗਾ ਅਤੇ ਜਿਹੜਾ ਤੰਦਰੁਸਤ ਬੰਦਾ ਹੈਗਾ ਉਹ ਵੀ ਅਸੀਂ ਮਤਲਬ ਪੀਵੇ ਤਾਂ ਕਿ ਉਹ ਆਉਣ ਵਾਲੇ ਸਮੇਂ 'ਚ ਬਿਮਾਰ ਨਾ ਹੋਵੇ ਠੀਕ ਹੈ ਚਲੋ ਮਿਹਰਬਾਨੀ ਜੀ ਧੰਨਵਾਦ ਤੁਹਾਡਾ ਸਾਰਿਆਂ ਦਾ